ਕੁਝ ਕੁ ਦਿਨਾਂ ਤੋਂ ਭਗਵੰਤ ਮਾਨ ਸਾਹਿਬ ਵੀ ਥੋੜੇ ਜਿਹੇ ਐਕਟਿਵ ਦਿਖਾਈ ਦੇ ਰਹੇ ਨੇ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਖੈਰ ਕਿੱਧਰ ਸੀਗੇ ਗਏ ਹੋਏ ਤੇ ਪਿਛਲੇ ਦਿਨਾਂ ਦੇ ਵਿੱਚ ਉਹ ਦਿੱਲੀ ਦੇ ਵਿੱਚ ਵੀ ਦਿਖਾਈ ਦਿੱਤੇ ਬਿਆਨ ਨੇ ਜਿਹੜੇ ਉਹ ਵੀ ਸ਼ੁਰੂ ਹੋ ਗਏ ਨੇ ਕਿਤੇ ਨਾ ਕਿਤੇ ਸੋ ਹੁਣ ਵੀ ਕਹਿ ਰਹੇ ਨੇ ਜੀ ਕਹਿੰਦੇ ਅਮਿਤ ਸ਼ਾਹ ਕਿਸਾਨਾਂ ਦੇ ਵਿੱਚ ਫੁੱਟ ਪਾਉਣੀ ਚਾਹੁੰਦੇ ਨੇ ਕੀ ਕਹਿੰਦੇ ਨੇ ਜੀ ਮਾਨ ਸਾਹਿਬ ਮਾਨ ਸਾਹਿਬ ਕਹਿੰਦੇ ਨੇ ਕਿ ਅਮਿਤ ਸ਼ਾਹ ਮਤਲਬ ਕਿ ਪੂਰੇ ਸਟ੍ਰੈਟੇਜੀ ਦੇ ਨਾਲ ਕੰਮ ਕਰ ਰਹੇ ਨੇ 40 ਜਥੇਬੰਦੀਆਂ ਦੇ ਵਿੱਚੋਂ 13 ਦੇ ਆਗੂਆਂ ਨੂੰ ਹੀ ਸੱਦਾ ਦਿੱਤਾ ਜਾਂਦਾ ਇਸ ਤੋਂ ਭਾਵ ਇਹ ਹੈ ਕਿ 13 ਨੂੰ ਆਪਣੇ ਹਿਸਾਬ ਦੇ ਨਾਲ ਬੁਲਾਓ ਆਪਣੇ ਹਿਸਾਬ ਨਾਲ ਮਨਾਓ ਅਤੇ ਉਸ ਤੋਂ ਬਾਅਦ ਜਿਹੜਾ ਜੇ ਤੁਹਾਡੀ ਗੱਲਾਂ 'ਚ ਆ ਜਾਂਦੇ ਨੇ ਤਾਂ ਉਸ ਉਹਨਾਂ ਤੋਂ ਆਪਣੇ ਹੀ ਤਰੀਕੇ ਦੇ ਨਾਲ ਜਿਹੜਾ ਅੰਦੋਲਨ ਖਤਮ ਕਰਵਾਓ ਜਾਂ ਕੰਮ ਕਰਵਾਓ ਇਹ ਉਹਨਾਂ ਨੇ ਜਿਹੜੇ ਇਲਜ਼ਾਮ ਲਗਾਏ ਹੈਗੇ ਆ ਦੂਜੇ ਪਾਸੇ ਕੁਛ ਅਜਿਹੇ ਜਿਹੜੀ ਬਿਆਨ ਆ ਥੋੜ੍ਹੀ ਦੇਰ ਪਹਿਲਾਂ ਸੁਖਬੀਰ ਬਾਦਲ ਨੇ ਹੁਣੇ ਪ੍ਰੈਸ ਕਾਨਫਰੰਸ ਵੀ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਲੋਕਤੰਤਰ ਦੀ ਸਰਕਾਰ ਜਿਹੜੀ ਹੈ ਬਿਲਕੁਲ ਜਿਹੜੀ ਹੈ ਲੋਕਾਂ ਦੀ ਗੱਲ ਨਹੀਂ ਸੁਣ ਰਹੀ ਇੰਨੇ ਵੱਡੇ ਅੰਦੋਲਨ ਨੂੰ ਜਿਹੜਾ ਹੈ ਨਹੀਂ ਸਿਆਣ ਰਹੀ ਸੁਖਬੀਰ ਬਾਦਲ ਦਾ ਬਿਆਨ ਸੀਗਾ ਹੁਣ ਥੋੜ੍ਹੀ ਦੇਰ ਪਹਿਲਾਂ ਸਾਡੇ ਸ਼ੋਅ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਤਾਂ GST ਸਾਡੇ ਉੱਪਰ ਥੋਪ ਦਿੱਤੀ ਉਸ ਤੋਂ ਪਹਿਲਾਂ ਨੋਟਬੰਦੀ ਸਾਡੇ ਉੱਪਰ ਥੋਪਤੀ ਦੇਖੋ ਬਿਆਨ ਉਹਨਾਂ ਦੇ ਵੱਲੋਂ ਆਇਆ ਤੇ ਜਦੋਂ ਇਹ ਸਾਰੇ ਕੁਝ ਹੋਏ ਤੇ ਉਹ ਉਸਦੇ ਪਾਰਟ ਸੀਗੇ ਅੱਜ ਉਹਨਾਂ ਚੀਜ਼ਾਂ ਨੂੰ ਇਹ ਬੁਰਾ ਕਹਿ ਰਹੇ ਆ ਜਦੋਂ ਉਹ ਖੁਦ ਉਹਦੇ ਪਾਰਟ ਸੀਗੇ ਸਰਕਾਰ ਇਹਨਾਂ ਦੀ ਸੀਗੀ ਹਮੇਸ਼ਾ ਇਕੱਠੇ ਹੀ ਰਹੇ ਗੱਲ ਹੁਣ ਇਹੀ ਆ ਨਾ ਜੀ ਦੇਖੋ ਕਿਸਾਨ ਬਿੱਲਾਂ ਨੂੰ ਛੱਡ ਦੋ ਬਾਕੀ ਸਾਰੀ ਚੀਜ਼ਾਂ ਤਾਂ ਪਹਿਲਾਂ ਹੋਈਆਂ ਨੇ ਨਾ ਜਦੋਂ ਇਹ ਭਾਈਵਾਲ ਸੀਗੇ ਤੇ ਉਸ ਟਾਈਮ ਅਗਰ ਤੁਹਾਨੂੰ ਲੱਗਦਾ ਸੀਗਾ ਕਿ ਸਾਰਾ ਕੁਝ ਗਲਤ ਹੋ ਰਿਹਾ ਤੇ ਉਸ ਟਾਈਮ ਤੁਸੀਂ ਕਿਉਂ ਨਹੀਂ ਬੋਲੇ ਹੁਣ ਤੁਹਾਡੀ ਭਾਈਵਾਲੀ ਖਤਮ ਹੋ ਗਈ ਆ ਤੇ ਹੁਣ ਤੁਹਾਨੂੰ ਸਾਰਾ ਕੁਝ ਬੁਰਾ ਲੱਗਣ ਲੱਗ ਗਿਆ ਹੁਣ ਤੁਹਾਨੂੰ GST ਵੀ ਬੁਰੀਆਂ ਲੱਗਣ ਲੱਗ ਗਈਆਂ ਹੁਣ ਤੁਹਾਨੂੰ ਨੋਟਬੰਦੀ ਵੀ ਬੁਰੀ ਲੱਗਣ ਲੱਗ ਗਈ ਸੋ ਉਸ ਟਾਈਮ ਰੀਜ਼ਨ ਤਾਂ ਹੁਣ ਆਹੀ ਆ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੇ ਤਾਂ ਕਿਉਂਕਿ ਗੱਲ ਕਰਨ ਦਾ ਮਕਸਦ ਹੀ ਸਾਡਾ ਇਹ ਸੀ ਚਾਹੇ ਅਸੀਂ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਸਿੱਧੂ ਸਾਹਿਬ ਦੀ ਗੱਲ ਕੀਤੀ ਆ ਸੁਖਬੀਰ ਬਾਦਲ ਦੀ ਗੱਲ ਕੀਤੀ ਆ ਚਾਹੇ ਕੈਪਟਨ ਸਾਹਿਬ ਦੀ ਗੱਲ ਕਰ ਲਓ ਹੋਰ ਵੀ ਜਿੰਨੀਆਂ ਪਾਰਟੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਅਹੁਦੇਦਾਰਾਂ ਦੀ ਗੱਲ ਕਰ ਲਿਓ ਸੋ ਇਹਨਾਂ ਲੋਕਾਂ ਨੇ ਤਾਂ ਪਲਟੀਆਂ ਮਾਰਨੀਆਂ ਹੀ ਨੇ ਅੱਜ ਅਗਰ ਇਹਨਾਂ ਨੂੰ ਕੁਛ ਮਿਲਦਾ ਤਾਂ ਇਹਨਾਂ ਨੇ ਕਹਿਣਾ ਜੀ ਸਾਰਾ ਕੁਛ ਹੀ ਸਹੀ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਹੁਣ ਸਾਡਾ ਹਿੱਸਾ ਵਿੱਚ ਹੈ ਨਹੀਂ ਗਾ ਅਸੀਂ ਇਸ ਚੀਜ਼ ਤੋਂ ਸਾਈਡ ਦੇ ਉੱਤੇ ਹੋ ਗਏ ਹਾਂ ਤਾਂ ਫਿਰ ਉਹੀ ਚੀਜ਼ਾਂ ਇਹਨਾਂ ਨੂੰ ਬੁਰੀਆਂ ਲੱਗਣ ਲੱਗ ਜਾਂਦੀਆਂ ਨੇ ਸੋ ਸਿਰਫ ਬਿਆਨਬਾਜ਼ੀ ਆ ਹਫ਼ਤੇ 10 ਦਿਨ ਬਾਅਦ ਇੱਕ ਅੱਧੀ ਬਿਆਨਬਾਜ਼ੀ ਆਉਂਦੀ ਆ ਕਰਕੇ ਉਹ ਤੋਂ ਬਾਅਦ ਫਿਰ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਗਰਾਊਂਡ ਰਿਐਲਿਟੀ ਨਾ ਇਹਨਾਂ ਲੋਕਾਂ ਨੂੰ ਪਤਾ ਅਗਰ ਪਤਾ ਹੈਗੀ ਆ ਤਾਂ ਇਹਨਾਂ ਨੇ ਕਰਨਾ ਕੁਛ ਨਹੀਂ ਹੈਗਾ